ਜਦੋਂ ਤੁਹਾਡਾ ਆਈਲਸ ਦਾ ਐਗਜ਼ਾਮ ਬੁੱਕ ਹੁੰਦਾ ਉਸ ਤੋਂ 10 ਦਿਨ ਪਹਿਲਾਂ ਅਸੀਂ ਤੁਹਾਨੂੰ ਡਬਲ ਕਲਾਸਿਸ ਦਿੰਦੇ ਹਾਂ ਔਰ ਉਹਦਾ ਵੀ ਕੋਈ ਅਸੀਂ ਡਬਲ ਚਾਰਜ ਨਹੀਂ ਕਰਦੇ ਸਾਡੇ ਕੋਲ ਹਾਈਲੀ ਕੁਆਲੀਫਾਈਡ ਪੀਐਚਡੀ ਇੰਗਲਿਸ਼ ਟ੍ਰੇਨਰ ਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਲਵਪ੍ਰੀਤ ਵਰਮਾ ਫਾਊਂਡਰ ਵੈਨਿਊਰ ਇੰਗਲਿਸ਼ ਜਗਰਾਉਂ ਤੋਂ ਜਿਸ ਤਰ੍ਹਾਂ ਕਿ ਹੁਣ ਦੇਖਿਆ ਜਾ ਰਿਹਾ ਕਿ ਬੱਚਿਆਂ ਦੇ ਐਗਜ਼ਾਮ ਹੋ ਚੁੱਕੇ ਨੇ ਪਲੱਸ ਟੂ ਦੇ ਔਰ ਸਟੂਡੈਂਟਸ ਔਰ ਉਹਨਾਂ ਦੇ ਪੇਰੈਂਟਸ ਇੱਕ ਅੱਛੇ ਆਈਲਸ ਔਰ ਪੀਟੀ ਸੈਂਟਰ ਦੀ ਭਾਲ ਦੇ ਵਿੱਚ ਨੇ ਤਾਂ ਇਸ ਲਈ ਮੈਂ ਤੁਹਾਨੂੰ ਸਭ ਨੂੰ ਇਨਵਾਈਟ ਕਰਨਾ ਚਾਹੁੰਦਾ ਕਿ ਤੁਸੀਂ ਵੈਨਿਊਰ ਇੰਗਲਿਸ਼ ਰਾਏਕੋਟ ਰੋਡ ਜਗਰਾਉਂ ਤੇ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਆ ਕੇ ਸਾਡਾ ਇੱਥੋਂ ਦਾ ਐਜੂਕੇਸ਼ਨਲ ਮਾਹੌਲ ਦੇਖੋ ਬੱਚਿਆਂ ਦੇ ਰਿਜ਼ਲਟਸ ਦੇਖੋ ਗੂਗਲ ਤੇ ਸਾਡੀ ਰੈਂਕਿੰਗ ਦੇਖੋ 315 ਪਲੱਸ ਸਾਡੇ 5 ਸਟਾਰ ਰੈਂਕਿੰਗ ਹੈਗੀ ਹੈ ਸਾਡੇ ਕੋਲ ਕੀ ਐਸੀਆਂ ਯੂਨੀਕ ਚੀਜ਼ਾਂ ਨੇ ਜਿਸ ਕਰਕੇ ਤੁਹਾਡੇ ਬੈਂਡਸ ਆ ਸਕਦੇ ਹੈ ਫਸਟ ਆਫ ਆਲ ਅਸੀਂ ਮੇਕ ਸ਼ੋਰ ਕਰਦੇ ਹਾਂ ਕਿ ਤੁਹਾਡਾ ਆਇਲਸ 1 ਮਹੀਨੇ 'ਚ ਕਲੀਅਰ ਹੋ ਜਾਵੇ ਅਸੀਂ ਕਦੀ ਨਹੀਂ ਚਾਹੁੰਦੇ ਤੁਹਾਨੂੰ 2-3 ਮਹੀਨੇ ਤੁਸੀਂ ਜਾਂ 4 ਮਹੀਨੇ ਆਇਲਸ 'ਚ ਬੈਠੇ ਰਹੋ ਬਿਕੋਜ਼ ਅਗਰ ਤੁਸੀਂ 3 ਮਹੀਨੇ ਆਇਲਸ ਦੇ ਵਿੱਚ ਬੈਠ ਜਾਓਗੇ ਤਾਂ ਤੁਹਾਡਾ ਇੱਕ ਸੈਸ਼ਨ ਜਿਹੜਾ ਕੈਨੇਡਾ ਆਸਟ੍ਰੇਲੀਆ ਯੂਕੇ ਦਾ ਮਿਸ ਹੋ ਜਾਏਗਾ ਸੈਕਿੰਡ ਸਾਡੇ ਕੋਲ ਹਾਈਲੀ ਕੁਆਲੀਫਾਈਡ ਪੀਐਚਡੀ ਇੰਗਲਿਸ਼ ਟ੍ਰੇਨਰ ਨੇ ਨੋਰਮਲੀ ਦੇਖਿਆ ਗਿਆ ਕਿ ਬਹੁਤ ਸਾਰੇ ਸੈਂਟਰਸ ਤੇ ਬੱਚੇ ਹੀ ਬੱਚਿਆਂ ਨੂੰ ਪੜ੍ਹਾ ਰਹੇ ਹੁੰਦੇ ਆ 6 ਬੈਂਡ ਬੱਚੇ ਦੇ ਆ ਗਏ ਉਸੇ ਨੂੰ ਹਾਇਰ ਕਰ ਲਿੱਤਾ ਜਾਂਦਾ ਔਰ ਸਿਮਿਲਰ ਹੁਣ ਜਿਸ ਲੈਵਲ ਦਾ ਦੇਖੋ ਗੁਰੂ ਹੋਏਗਾ ਉਸ ਲੈਵਲ ਤੱਕ ਕਿਉਂ ਲੈ ਕੇ ਜਾ ਸਕਦਾ ਸਾਡੇ ਕੋਲ ਸਾਡੇ ਸੈਂਟਰ ਤੇ ਡਾਕਟਰ ਭਾਵਨਾ ਵਰਮਾ ਨੇ ਜਿਹੜੇ ਖੁਦ ਟੇਕ ਕੇਅਰ ਕਰਦੇ ਨੇ ਕਲਾਸਿਸ ਦਾ ਔਰ ਸ਼ੀ ਇਜ਼ ਪੀਐਚਡੀ ਇੰਗਲਿਸ਼ ਐਮਏ ਐਮਫਿਲ ਇੰਗਲਿਸ਼ ਐਂਡ ਹੈਵਿੰਗ ਮੋਰ ਦੈਨ 10 ਇਅਰਸ ਐਕਸਪੀਰੀਅੰਸ ਔਰ ਅਸੀਂ ਇਸ ਆਇਲਸ ਦੇ ਪ੍ਰੋਗਰਾਮ ਨੂੰ ਇੱਦਾਂ ਡਿਜ਼ਾਈਨ ਕੀਤਾ ਕਿ ਅਗਰ ਤੁਹਾਨੂੰ ਬਿਲਕੁਲ ਵੀ ਆਇਲਸ ਬਾਰੇ ਕੋਈ ਨੌਲੇਜ ਨਹੀਂ ਹੈ ਫਿਰ ਵੀ ਤੁਹਾਨੂੰ ਇਹਦੇ ਬਾਰੇ ਐਕਸਪਰਟ ਨੌਲੇਜ ਹਾਸਲ ਹੋ ਜਾਏਗੀ ਪਹਿਲਾਂ ਅਸੀਂ ਸਟ੍ਰੈਟਜੀ ਕਲਾਸਿਸ ਦੇ ਵਿੱਚ ਤੁਹਾਨੂੰ ਬਿਠਾਉਂਦੇ ਹਾਂ ਉਸ ਤੋਂ ਬਾਅਦ ਜਦੋਂ ਵਾਂਸ ਯੂ ਕਮ ਟੂ ਨੋ ਦੈਟ ਟ੍ਰਿਪਸ ਟ੍ਰੇਨਿੰਗ ਤੁਹਾਡੀ ਪੂਰੀ ਹੋ ਜਾਂਦੀ ਹੈ ਦੈਨ ਨੋਰਮਲ ਕਲਾਸਿਸ ਦੇ ਵਿੱਚ ਅਸੀਂ ਤੁਹਾਨੂੰ ਐਂਟਰ ਕਰਦੇ ਹਾਂ ਜਦੋਂ ਤੁਹਾਡਾ ਆਇਲਸ ਐਗਜ਼ਾਮ ਬੁੱਕ ਹੁੰਦਾ ਉਸ ਤੋਂ 10 ਦਿਨ ਪਹਿਲਾਂ ਅਸੀਂ ਤੁਹਾਨੂੰ ਡਬਲ ਕਲਾਸਿਸ ਦਿੰਦੇ ਹਾਂ ਔਰ ਉਹਦਾ ਵੀ ਕੋਈ ਅਸੀਂ ਡਬਲ ਚਾਰਜ ਨਹੀਂ ਕਰਦੇ ਇਨ ਐਡੀਸ਼ਨ ਟੂ ਦੈਟ ਐਵਰੀ ਡੇ ਤੁਹਾਨੂੰ ਮਟੀਰੀਅਲ ਮਿਲਦਾ ਨੋਰਮਲ ਸੈਂਟਰਸ ਤੇ ਕੀ ਹੁੰਦਾ ਮਟੀਰੀਅਲ ਦੇ ਦਿੰਦੇ ਆ ਫਿਰ ਉਹ ਵਾਪਸ ਲੈ ਲੈਂਦੇ ਆ ਅਸੀਂ ਰੋਜ਼ ਮਟੀਰੀਅਲ ਤੁਹਾਨੂੰ ਦਿੰਦੇ ਹਾਂ ਕੁਆਲਿਟੀ ਮਟੀਰੀਅਲ ਜਿਹੜਾ ਤੁਸੀਂ ਘਰੇ ਲੈ ਕੇ ਜਾ ਸਕਦੇ ਹੋ ਆਈਡੀਓਲੋਜੀ ਇਹਦੇ ਪਿੱਛੇ ਇਹ ਹੈ ਕਿ ਪਹਿਲਾਂ ਤੁਸੀਂ ਸੈਂਟਰ ਤੇ 3-4 ਘੰਟੇ ਪੜ੍ਹੋ ਸੇਮ ਜਿਹੜੀਆਂ ਮਿਸਟੇਕਸ ਹੋਈਆਂ ਮੰਨ ਲਓ 40 ਦੇ ਵਿੱਚ ਤੁਹਾਡੇ 30 ਸਹੀ ਨੇ 10 ਗਲਤ ਨੇ ਘਰੇ ਆਓ ਘਰ ਆ ਕੇ ਫਿਰ ਉਸਨੂੰ ਰਿਵਾਈਜ਼ ਕਰੋ ਜਿਹੜੇ 10 ਪੁਆਇੰਟਸ ਉਹ ਕਿੱਥੇ ਗਏ ਉਹਨਾਂ ਨੂੰ ਤੁਸੀਂ ਫਰਦਰ ਦੇਖੋ ਔਰ ਉਸਨੂੰ ਆਪਣੀ ਕੁਆਲਿਟੀ ਨੂੰ ਇੰਪਰੂਵ ਕਰ ਸਕਦੇ ਹੋ ਇਸ ਤੋਂ ਇਲਾਵਾ ਬੇਟੀਆਂ ਵਾਸਤੇ ਸਾਡਾ ਸੈਂਟਰ ਬਹੁਤ ਸੇਫ ਹੈ ਜੀ ਵੀ ਮੇਕ ਸ਼ੋਰ ਕਿ ਇੱਥੇ ਬੇਟੀਆਂ ਸੇਫ ਰਹਿਣ ਔਰ ਕੋਈ ਖਾਖਾਨਾ ਨਾ ਹੋਵੇ ਸਾਡੀਆਂ ਕਲਾਸਿਸ ਦੇ ਵਿੱਚ ਰਸ਼ ਜ਼ਿਆਦਾ ਨਹੀਂ ਹੁੰਦਾ ਔਰ ਸਿਰਫ ਸੰਸੀਅਰ ਬੱਚਿਆਂ ਨੂੰ ਹੀ ਅਸੀਂ ਐਡਮਿਸ਼ਨ ਦਿੰਦੇ ਹਾਂ ਜਿਹੜੇ ਸਾਨੂੰ ਲੱਗਦੇ ਕਿ ਆਊਟਲੁੱਕ ਤੋਂ ਹੀ ਬੱਚੇ ਪੜ੍ਹਨ ਵਾਲੇ ਨਹੀਂ ਹੈ ਅਸੀਂ ਉਹਨਾਂ ਨੂੰ ਐਡਮਿਸ਼ਨ ਨਹੀਂ ਦਿੰਦੇ ਇਹ ਪ੍ਰੋਪਰ ਸਟ੍ਰਿਕਟ ਪ੍ਰੋਟੋਕੋਲ ਅਸੀਂ ਫੋਲੋ ਕਰਦੇ ਹਾਂ ਤਾਂ ਕਿ ਬੱਚਾ ਆਵੇ ਪੜ੍ਹ ਕੇ ਚਲਾ ਜਾਵੇ ਔਰ ਅੱਛੇ ਬੈਂਡਸ ਲੈ ਸਕੇ ਇਨਵਾਇਰਮੈਂਟ ਐਜੂਕੇਸ਼ਨ ਦੇ ਵਿੱਚ ਬਹੁਤ ਹੀ ਅੱਛਾ ਰੋਲ ਪਲੇ ਕਰਦਾ ਇਸ ਲਈ ਅਸੀਂ ਇਨਵਾਇਰਮੈਂਟ 'ਤੇ ਬਹੁਤ ਫੋਕਸ ਕਰਦੇ ਹਾਂ ਤੁਸੀਂ ਦੇਖੋ ਸਾਡੀਆਂ ਆ ਕੇ ਆਇਲਸ ਦੀਆਂ ਕਲਾਸਿਸ ਪੀ ਟੀ ਦੀਆਂ ਕਲਾਸਿਸ ਫੁੱਲੀ ਡਿਸਿਪਲਿਨਡ ਹੁੰਦੀਆਂ ਕੁਆਲਿਟੀ ਮਟੀਰੀਅਲ ਹੈ ਔਰ ਅਸੀਂ ਜਿੱਥੇ ਬੱਚੇ ਦੀ ਕਮਜ਼ੋਰੀ ਹੈ ਉੱਥੇ ਉਸਨੂੰ ਡਬਲ ਸੈਸ਼ਨਸ ਵੀ ਅਸੀਂ ਪ੍ਰੋਵਾਈਡ ਕਰਦੇ ਹਾਂ ਬਹੁਤ ਥੋੜ੍ਹੇ ਜਿਹੀ ਫੀਸ ਸਟਰਕਚਰ ਦੇ ਵਿੱਚ ਬਹੁਤ ਅੱਛੀਆਂ ਸਰਵਿਸਿਜ਼ ਅਸੀਂ ਦੇ ਰਹੇ ਹਾਂ ਜਸਟ 7500 ਦੇ ਵਿੱਚ ਅਸੀਂ ਤੁਹਾਨੂੰ ਮਟੀਰੀਅਲ ਵੀ ਦੇ ਰਹੇ ਹਾਂ ਅੱਛਾ ਇਨਵਾਇਰਮੈਂਟ ਦੇ ਰਹੇ ਹਾਂ ਔਨਲਾਈਨ ਤੁਹਾਨੂੰ ਮਟੀਰੀਅਲ ਰੋਜ਼ ਪਹੁੰਚਦਾ ਰਹਿੰਦਾ ਹੈ ਸੈਪਰੇਟ ਸਾਡੇ ਗਰੁੱਪਸ ਬਣਦੇ ਨੇ ਬੋਇਜ਼ ਦਾ ਗਰਲਸ ਦਾ ਔਰ ਡਬਲ ਟ੍ਰੇਨਿੰਗ ਅਸੀਂ ਪ੍ਰੋਵਾਈਡ ਕਰਦੇ ਹਾਂ ਐਗਜ਼ਾਮ ਤੋਂ ਪਹਿਲਾਂ ਔਰ ਬਾਕੀ ਤੁਸੀਂ ਜਦੋਂ ਆਓਗੇ ਤੁਹਾਨੂੰ ਆਪੇ ਹੀ ਤੁਸੀਂ ਐਕਸਪੀਰੀਅੰਸ ਕਰੋਗੇ ਕਿ ਵੈਨਿਊਰ ਇੰਗਲਿਸ਼ ਦੀ ਕੁਆਲਿਟੀ ਦਾ ਲੈਵਲ ਕੀ ਹੈ ਐਂਡ ਵਿਜ਼ਿਟ ਅਸ ਐਟ 7 ਰਾਏਕੋਟ ਰੋਡ ਓਪੋਜ਼ਿਟ ਸੋਨਾਲੀਕਾ ਟਰੈਕਟਰ ਏਜੰਸੀ ਜਗਰਾਓ ਔਰ ਕਾਲ ਅਸ ਐਟ 7973160270 ਥੈਂਕ ਯੂ